वड्डी खबर जिला रूपनगर श्री चमकौर साहिब तो है जिथे बीते दिन किसानों वालों चमकौर साहिब पहुंचे पंजाब कांग्रेस प्रधान नवजोत सिद्धू ते कैबिनेट मंत्री चरणजीत सिंह चन्नी का विरोध करने वाले किसानों के खिलाफ थाना श्री चमकौर साहिब वालों पुलिस वालों मुकदमा दर्ज किया गया। पुलिस वालों किरती किसान मोर्चा के किसान आगू कुलवंत सिंह सैनी, जरमनदीप सिंह पड़ी, जगदीप कौर टकी और बहरामपुर के सरपंच सोही के खिलाफ समेत 45 के करीब नामालूम व्यक्तियों खिलाफ मुकदमा दर्ज किया गया। पुलिस वालों दर्ज की गई FIR के दसाया गया कि उक्त किसानों के वालों कांग्रेसी वर्करा नाल मारकुट की गई है। गैर कानूनी तरीके नाल पंजाब कांग्रेस प्रधान नवजोत सिद्धू ते कैबिनेट मंत्री चरणजीत सिंह चन्नी का राह रोकया गया। ਕੀ ਕਹਿਣਾ ਚਾਹੁੰਦੇ ਅੱਜ ਵਿਰੋਧ ਕਰ ਰਹੇ ਹੋ? ਕਹਿਣਾ ਇਹ ਚਾਹੁੰਦੀ ਹੈ ਕਿ ਸ਼ਹੀਦਾਂ ਦੀ ਧਰਤੀ 'ਤੇ ਨਮਸਕਾਰ ਕਰਨ ਲਈ ਆਇਆ ਸਿੱਧੂ ਆਏ ਮੱਸੇ ਰੰਗੜ ਦਾ ਇਹਨਾਂ ਨੇ ਮਿਸਾਲ ਪੈਦਾ ਕਰਤੀ। DJ ਲਾ ਕੇ ਨਾਮ ਨਸ਼ਕਰ ਲੈ ਕੇ ਆਇਆ, ਕੀ ਲੋੜ ਸੀ ਇਹਨੂੰ ਲੈ ਕੇ ਆਉਣ ਦੀ? ਜੇ ਇਹਨੇ ਨਮਾਉਣਾ ਸੀ ਸ਼ਹੀਦਾਂ ਦੀ ਧਰਤੀ 'ਤੇ ਅਤੇ ਨਮਾਉਣਾ ਸਿੱਖ ਬਣ ਕੇ ਆਉਂਦਾ, ਇਹ ਮਰਦਾਂ ਦਾ ਕੰਮ ਹੁੰਦਾ ਮੈਦਾਨ 'ਚ ਖੜ੍ਹਨਾ? ਖੀਜੜੀਆਂ ਮੰਗਣਾ ਨਾ ਚੋਰ ਰਸਤੇ ਆਇਆ, ਇਹ ਕਿਸਾਨ ਉਹਦੇ ਤਰ ਤੇਰੀ ਵੇਢ ਕਰਦੇ ਸੀ, ਡੀਕਦੇ ਸੀ ਖੜ੍ਹੇ। ਜੇ ਤੂੰ ਮਰਦ ਹੁੰਦਾ ਨਾ ਉਹਨਾਂ ਦਾ ਤੂੰ ਵਿਰੋਧ ਸਹਿੰਦਾ। ਪਟਾਕੇ ਚਲਾ ਕੇ ਸਵਾਗਤ ਕੀਤਾ, ਪਟਾਕੇ ਚਲਾ ਕੇ ਤੁਸੀਂ ਸਵਾਗਤ ਕੀਤਾ, ਇੱਥੇ ਕਿਹੜੇ ਤੁਸੀਂ ਸ਼ਹੀਦਾਂ ਦੀ ਖੁਸ਼ੀ ਮਨਾਉਣ ਆਇਆ ਹੈ? ਤੁਹਾਨੂੰ ਸ਼ਹੀਦਾਂ ਦੀ ਖੁਸ਼ੀ ਨਹੀਂ ਮਿਲਣੀ, ਇਹ ਸੁਪਨੇ ਭੁੱਲ ਜਾਓ ਵੀ ਹੁਣ ਤੁਸੀਂ ਗਾਹਾਂ ਨੂੰ ਕਾਂਗਰਸ ਸਰਕਾਰ ਆ ਜਾਊਗੀ। ਤੁਹਾਨੂੰ ਸ਼ਹੀਦਾਂ ਦੀ ਖੁਸ਼ੀ ਨਹੀਂ ਮਿਲਣੀ ਹੈਗੀ, ਤੁਹਾਨੂੰ ਧਰਕਾਰਾਂ ਹੀ ਪੈਣੀਆਂ। ਅੱਜ ਲੋਕ ਤੁਹਾਨੂੰ ਧਰਕਾਰਾਂ ਪਾ ਰਹੇ, ਜਿਹੜੇ ਅਣਖੀ ਲੋਕ ਹੈ ਨਾ ਇਹ ਅੱਜ ਖੜੇ ਤੁਹਾਨੂੰ ਧਰਕਾਰਾਂ ਪਾ ਰਹੇ ਆ। ਮੇਰਾ ਨਾਮ ਇਕਬਾਲ ਸਿੰਘ ਆ, ਕੀ ਕਹਿਣਾ ਚਾਹੁੰਦੇ ਵਿਰੋਧ? ਅਸੀਂ ਕਹਿਣਾ ਚਾਹੁੰਦੇ ਹਾਂ ਆਪਣੀ ਫੈਮਿਲੀ ਲੈ ਕੇ ਆਉਂਦਾ, ਜਿੱਦਾਂ ਮਾਜੀ ਗੁਰਦੁਆਰਾ ਸਾਹਿਬ ਅਗੇ ਨਤਮਸਤਕ ਹੁੰਦਾ, ਠੀਕ ਹੈ, ਢੋਲ ਵਜਾ ਕੇ ਆਉਣ ਦਾ ਕੀ ਫਾਇਦਾ? ਤੁਸੀਂ ਲਾਰਿਆਂ ਦੀ ਸਰਕਾਰ ਆ, ਦਲ ਬਦਲੂ ਬੰਦਾ ਹੈ ਸਿੱਧੂ, ਕਦੇ ਅਕਾਲੀਆਂ ਚਲੇ ਜਾਂਦਾ, ਕਦੇ ਭਾਜਪਾ ਚਲੇ ਜਾਂਦਾ, ਕਦੇ ਕਾਂਗਰਸ ਜਾ ਜਾਂਦਾ। ਬਿਲਕੁਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਜੀ ਕੁਲਵੰਤ ਸਿੰਘ ਸੈਣੀ ਹੈ ਜੀ। ਕੀ ਕਹਿਣਾ ਚਾਹੁੰਦੇ ਵਿਰੋਧ ਕੀਤਾ ਅੱਜ ਤੁਸੀਂ ਇੱਥੇ? ਅੱਜ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਕਿ ਗੁਰੂ ਘਰ ਮੱਥਾ ਟੇਕਣ ਆਉਣਾ ਸੀ ਇਹਨਾਂ ਨੇ, ਨਾਮ ਇਹ ਕਹਿ ਰਹੇ ਸੀ ਅਸੀਂ ਗੁਰਦੁਆਰੇ ਨਤਮਸਤਕ ਹੋਣਾ। ਅੱਜ ਇਹ ਇੱਕ ਪਾਸੇ ਤਾਂ ਕਹਿ ਰਹੇ ਅਸੀਂ ਬਰਗਾੜੀ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ, ਪਰ ਅਸੀਂ ਕਿਸੇ ਧਰਮ ਦਾ ਅਸੀਂ ਵਿਰੋਧ ਨਹੀਂ ਕਰਦੇ। ਪਰ ਅੱਜ ਇਹਨਾਂ ਨੇ ਪਹਿਲਾਂ ਚਰਚ 'ਚ ਜਾ ਕੇ ਮੱਥਾ ਟੇਕਿਆ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਆ ਕੇ ਪਟਾਕੇ ਫੋੜੇ ਗਏ ਆ। ਇਹ ਕਿਸ ਖੁਸ਼ੀ ਜਸ਼ਨ ਮਨਾਇਆ ਜਾ ਰਿਹਾ? ਔਰ ਇੱਥੇ ਪਹੁੰਚਣ ਲੱਗੇ ਇਹ ਗੱਡੀਆਂ 'ਤੇ DJ ਲਾ ਕੇ ਵੱਡੇ ਇਹਨਾਂ ਨੇ ਢੋਲੀ ਕੀਤੇ ਹੋਏ ਸੀ। ਕੀ ਕਿਸ ਖੁਸ਼ੀ ਜਸ਼ਨ ਮਨਾਇਆ ਜਾ ਰਿਹਾ ਸੀ? ਕੀ ਬਰਗਾੜੀ ਦੇ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ? ਕੀ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਗਏ? ਕੀ ਬੇਰੁਜ਼ਗਾਰਾਂ ਨੂੰ ਨੌਕਰੀ ਮਿਲ ਗਈ? ਜਿਸ ਖੁਸ਼ੀ 'ਚ ਜਸ਼ਨ ਮਨਾ ਰਹੇ ਸੀ ਅੱਜ, ਇਸ ਕਰਕੇ ਅੱਜ ਨੌਜਵਾਨਾਂ ਦੇ ਵਿੱਚ ਬਹੁਤ ਰੋਸ ਸੀ। ਭਵਿੱਖ ਦੇ ਵਿੱਚ ਵੀ ਇਹਨਾਂ ਨੇ ਪਿੰਡਾਂ 'ਚ ਜਾਣਾ, ਕਿਸ ਤਰ੍ਹਾਂ ਦਾ ਵਿਰੋਧ ਰਹੂਗਾ ਪਿੰਡਾਂ ਦੇ ਵਿੱਚ? ਦੇਖੋ, ਹਰ ਜਿਹੜਾ ਪੰਜਾਬ ਦਾ ਲੋਕ ਹੈ ਉਹ ਇਹਨਾਂ ਦਾ ਵਿਰੋਧ ਕਰ ਰਿਹਾ ਹੈ। ਲੋਕਾਂ ਵਿੱਚ ਵਿਰੋਧ ਬਹੁਤ ਹੈ ਔਰ ਇਹਨਾਂ ਵਿਰੋਧ ਇੱਦਾਂ ਹੀ ਜਾਰੀ ਰਹੂੰਗਾ ਜੀ। ਮੇਰਾ ਜੀ ਜਗਦੀਪ ਕੌਰ। ਕੀ ਕਹਿਣਾ ਚਾਹੁੰਦੇ ਜੀ ਵਿਰੋਧ ਕੀਤਾ ਹੈ ਨਵਜੋਤ ਸਿੱਧੂ ਦਾ? ਅਸੀਂ ਵਿਰੋਧ ਕੀਤਾ ਜੀ ਨਵਜੋਤ ਸਿੱਧੂ ਦਾ, ਪਹਿਲਾਂ ਤਾਂ ਅਸੀਂ ਕਾਲੇ ਬਿੱਲਾਂ ਕਰਕੇ ਵਿਰੋਧ ਕੀਤਾ। ਦੂਆ ਜੀ ਉਹ 4 ਸਾਲ ਤੋਂ ਕਿੱਥੇ ਲੁਕਿਆ ਹੋਇਆ ਸੀਗਾ ਅਤੇ 9 ਮਹੀਨਿਆਂ ਤੋਂ ਉਹਨੇ ਕੋਈ ਬਿਆਨ ਨਹੀਂ ਦਿੱਤਾ ਕਿਸਾਨੀ ਅੰਦੋਲਨ 'ਤੇ। ਅੱਜ ਉਹ ਕਹਿੰਦਾ ਮੈਂ ਨੰਗੇ ਪੈਰੀ ਜਾਊਂਗਾ। ਜੇ ਉਹਨੂੰ ਇੰਨਾ ਦੁੱਖ ਹੁੰਦਾ ਅੱਜ ਪ੍ਰਧਾਨ ਬਣਨੇ ਕਰਕੇ ਉਹ ਚਮਕੌਰ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ 'ਚ ਅੱਜ DJ ਲੈ ਕੇ ਭੰਗੜੇ ਵਾਲਿਆਂ ਨੂੰ ਨਾਲ ਲੈ ਕੇ ਆਪਣਾ ਜਸ਼ਨ ਮਨਾਉਣ ਆ ਰਿਹਾ ਹੈ, ਪਟਾਕੇ ਵੀ ਚਲਾਏ ਗਏ। ਇਹ ਦੇਖੋ ਜਿਹੜਾ ਕਿਸਾਨਾਂ ਨੂੰ ਫੇਸ ਨਹੀਂ ਕਰ ਸਕਦਾ ਉਹ ਸਾਡੇ ਸਵਾਲਾਂ ਦਾ ਕਿਆ ਜਵਾਬ ਦਿੰਦਾ? ਉਹਨੇ ਅੱਜ 4 ਰਸਤੇ ਬਦਲੇ, ਜਦੋਂ ਕਿ ਕਿਸਾਨ ਮੇਨ ਰੋਡ 'ਤੇ ਖੜ੍ਹੇ ਸੀਗੇ ਉਹ ਕਿਉਂ ਵਿੱਚ ਤੋਂ ਆ ਕੇ ਗਿਆ? ਇਸ ਕਰਕੇ ਸਿੱਧੂ ਨੂੰ ਡਰਦਾ ਹੈ ਲੋਕਾਂ ਤੋਂ ਜਾਂ ਕਿਸਾਨਾਂ ਤੋਂ? ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ TV ਦੇ ਲਈ ਰਿਪੋਰਟ।